ਮੇਰੀ ਬੇਟੀ ਸੀ ਯਾਰ ਮੇਰੀ ਬੇਟੀ ਨੂੰ ਇਹਨਾਂ ਨੇ ਮਾਰ ਦਿੱਤਾ ਮੇਰੇ ਅੱਗੇ ਨਾਲ ਮਾਰੇ ਦੀ ਲਾਸ਼ ਨਹੀਂ ਸਾੜ ਲਈ ਉਹਨਾਂ ਨੇ ਤੋ ਰਾਤ ਹੀ ਮਾਰ ਕੇ ਕੁੜੀ ਨੂੰ ਤੋਂ ਦੀ ਲਾਸ਼ ਜਿਹੜੀ ਖੁਰਦ ਫੁਰਦ ਕਰਨ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਕੁੜੀ ਦੇ ਨਾਲ ਕੁੱਟਮਾਰ ਕਰਦੇ ਸੀ ਤੇ ਕੁੜੀ ਦੀ ਮਾਂ ਨੇ ਸਾਨੂੰ ਵੀ ਆ ਕੇ ਦੱਸਿਆ ਥਾਣਾ ਮਮਦੂਰ ਦੇ ਨਜ਼ਦੀਕੀ ਪਿੰਡ ਚੱਕ ਦੋਨਾ ਰਹੀਮੀ ਕੀ ਘੋੜਾ ਚੱਕ ਵਿਖੇ ਨਵਯੋਤਾ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਥਾਣਾ ਮਮਦੂਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਫਿਰੋਜ਼ਪੁਰ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਾਰਵਾਈ ਕਰਦਿਆਂ ਮ੍ਰਿਤਕਾ ਨਵਯੋਤਾ ਦੇ ਪਤੀ ਅਤੇ ਸੱਸ ਨੂੰ ਗ੍ਰਿਫਤਾਰ ਕਰ ਲਿਆ ਦੱਸ ਦਈਏ ਕਿ ਦੋਸ਼ੀ ਪਤੀ ਨੇ 2 ਸਾਲ ਪਹਿਲਾਂ ਹੀ ਗੁਆਂਢ 'ਚ ਰਹਿਣ ਵਾਲੀ ਲੜਕੀ ਨਾਲ ਕੋਰਟ ਮੈਰਿਜ ਕਰਵਾਈ ਸੀ ਜਿਸ ਤੋਂ ਕੁਝ ਦਿਨ ਬਾਅਦ ਹੀ ਸੋਹਰਾ ਪਰਿਵਾਰ ਅਕਸਰ ਲੜਕੀ ਨਾਲ ਕੁੱਟਮਾਰ ਕਰਦਾ ਸੀ ਜਾਣਕਾਰੀ ਮਿਲਦਿਆਂ ਹੀ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੇ ਥਾਣੇ ਦੇ ਬਾਹਰ ਵੱਡੀ ਭੀੜ ਜਮ੍ਹਾਂ ਹੋ ਗਈ ਜਿਸ ਤੋਂ ਬਾਅਦ ਡੀਐਸਪੀ ਫਿਰੋਜ਼ਪੁਰ ਦਿਹਾਤੀ ਆਜ਼ਾਦ ਦਵਿੰਦਰ ਸਿੰਘ ਵੀ ਮੌਕੇ ਤੇ ਪਹੁੰਚੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੇਰੀ ਕੋਈ ਬੇਟੀ ਸੀ ਯਾਰ ਮੇਰੀ ਬੇਟੀ ਨੂੰ ਇਹਨਾਂ ਨੇ ਮਾਰ ਦਿੱਤਾ ਮੇਰੇ ਅੱਗੇ ਨਾਲ ਮਾਰਿਆ ਮੇਰੀ ਬੇਟੀ ਨੂੰ ਕੁੱਟ ਕੇ ਮਾਰਦੇ ਸੀ ਰੋਜ਼ ਅਸੀਂ ਦੇਖਦੇ ਰਹਿੰਦੇ ਸਾਂ ਮੈਂ ਉਹਨਾਂ ਦੇ ਪਾਪਾ ਕਰਿਆ ਮੈਂ ਕਿਹਾ ਬੇਟੀ ਨੂੰ ਰੋਜ਼ ਕੁੱਟਦੇ ਮਾਰਦੇ ਨੇ ਆਪਾਂ ਕੁਝ ਕਰੀਏ ਇਵੇਂ ਤਾਂ ਆਪਣੀ ਕੁੜੀ ਨੂੰ ਮਾਰਦੇ ਅਸੀਂ ਸਲਾਹ ਬਣਾਈ ਚੱਲ ਬੱਚੀ ਨੂੰ ਘਰੇ ਲਿਆਵਾਂਗੇ ਉਹਨੂੰ ਕਿਸੇ ਨੂੰ ਵਿੱਚ ਪਾ ਕੇ ਵੱਡਿਆਂ ਬੰਦਿਆਂ ਨੂੰ ਸਰਪੰਚ ਨੂੰ ਫੋਨ ਕਰਾਂਗੇ ਕਿਸੇ ਹੋਰ ਨੂੰ ਕਰਾਂਗੇ ਅਸੀਂ ਤਾਂ ਜੇ ਕੱਲ੍ਹ ਸਲਾਹ ਹੀ ਕਰਦੇ ਪਏ ਸੀ ਅੱਜ ਅਸੀਂ ਬੇਟੀ ਨੂੰ ਲੈਣ ਜਾਣਾ ਸੀ ਇਹਨਾਂ ਰਾਤੀ ਰਾਤ ਸਾਡੀ ਬੇਟੀ ਮਾਰਤੀ ਸ਼ਾਮੀ ਮੈਂ ਕੰਧੋਂ ਵੇਖੀ ਮੇਰੀ ਬੇਟੀ 8 ਵਜੇ ਆਟਾ ਗੁੰਨਦੀ ਪਈ ਸੀ ਇਹਨਾਂ ਦੇ ਘਰੇ ਭਾਂਡੇ ਮਾਂਜਦੀ ਮੈਂ ਵੇਖੀ ਮੈਂ ਕਿਹਾ ਗੁਆਂਢ ਤੁਹਾਡਾ ਸਾਡਾ ਗੁਆਂਢ ਸੀ ਬਿਲਕੁਲ ਮੇਰੀ ਧੀ ਨੂੰ ਪਹਿਲਾਂ ਲੈ ਗਿਆ ਮੁੜ ਕੇ ਮਾਰ ਕੇ ਮੈਨੂੰ ਸਾਫ਼ ਚਾਹੀਦਾ ਵੀ ਉਹ ਮੁੰਡੇ ਦਾ ਕਤਲ ਹੋਣਾ ਚਾਹੀਦਾ ਮਰਨਾ ਚਾਹੀਦਾ ਸਾਡੀ ਧੀ ਮਰੀ ਹੈ ਨਾ ਉਹ ਵੀ ਮਰਨਾ ਚਾਹੀਦਾ ਕਿਵੇਂ ਮਾਰਿਆ ਕਿਵੇਂ ਤੁਹਾਡੀ ਬੇਟੀ ਨੂੰ ਮੇਰੀ ਧੀ ਦਾ ਨਾਲ ਬੜੀ ਗੱਲ ਕੁੱਟਿਆ ਉਹਦੇ ਨੱਕ 'ਚ ਖੂਨ ਆਇਆ ਮੈਂ ਵੇਖਿਆ ਇੱਥੇ ਪਈ ਨੇ ਆਣ ਕੇ ਲਾਸ਼ ਨੂੰ ਕਿੱਥੇ ਛੱਡ ਦਿੱਤਾ ਉਹਨੇ ਲਾਸ਼ ਨੂੰ ਉਹਨਾਂ ਨੇ ਇੱਥੇ ਸਿੱਟਿਆ ਥਾਣੇ ਦੇ ਅੱਗੇ ਇਨਸਾਫ ਦੀ ਕੀ ਮੰਗ ਕਰਦੇ ਸਾਨੂੰ ਮੌਤ ਚਾਹੀਦੀ ਇੱਕ ਉਹਨਾਂ ਦਾ ਮੁੰਡਾ ਬੌਜੀ ਮਰਨੇ ਚਾਹੀਦੇ ਨੇ ਉਹਦੀ ਭੈਣ ਨੇ ਮਾਰਿਆ ਰਲ ਕੇ ਇੱਕ ਉਹਦਾ ਭਰਾ ਹੈ ਉਹਨੇ ਇੱਕ ਉਹਦੇ ਘਰ ਵਾਲਾ ਇੱਕ ਉਹਦੀ ਮਾਂ ਹੈ ਇੱਕ ਉਹਦਾ ਸਹੁਰਾ ਹੈ 5 ਜੀ ਨੇ ਘਰ ਦੇ ਟੋਟਲ ਕੱਲੀ ਕੋਲ ਮੜਨ ਵਾਲੀ ਨਹੀਂ ਮਾਰਿਆ ਕਿਵੇਂ ਆ ਕੁੜੀ ਮੇਰੀ ਜਵਾਨ ਜਾਨ ਹੈ ਮਰ ਨਹੀਂ ਸਕਦੀ ਸੀ ਇਕੱਲੇ ਬੰਦੇ ਤੋਂ ਮਾਰ ਹੀ ਨਹੀਂ ਸਕਦਾ ਇਹਨਾਂ ਰਲ ਕੇ ਮੇਰੀ ਧੀ ਨੂੰ ਸਾਰਿਆਂ ਨੇ ਮਾਰਿਆ ਪਤਾ ਨਹੀਂ ਮੇਰੀ ਧੀ ਨੂੰ ਫਾਇਆ ਦਿੱਤਾ ਕਿ ਕੀ ਕੀਤਾ ਇਹ ਤਾਂ ਰੱਬ ਹੀ ਜਾਣਦਾ ਜੀ ਤਾਂ ਕੁਝ ਵੀ ਨਹੀਂ ਜਾਣਦੇ ਸਰ ਸਾਡੀ ਇੱਕੋ ਹੀ ਧੀ ਸੀ ਅਸੀਂ ਪਤਾ ਨਹੀਂ ਕਿਹੜੇ ਪਾਪੜ ਵੇਲ ਵੇਲ ਕੇ ਬੱਚੀ ਨੂੰ ਪੜਾਇਆ ਲਗਾਇਆ ਪਹਿਲਾਂ ਸਾਡੀ ਕੁੜੀ ਨੂੰ ਘਰੋਂ ਭਜਾ ਕੇ ਲੈ ਗਿਆ ਮੁੜ ਕੇ ਸਾਨੂੰ ਮਾਰ ਕੇ ਪੜਾ ਦਿੱਤੀ ਬਸ ਮੈਂ ਸਾਡੀ ਉਹਨਾਂ ਨੂੰ ਸਾਰੇ ਜੀਆਂ ਨੂੰ ਸਭ ਤੋਂ ਸਭ ਸਜ਼ਾ ਹੋਣੀ ਚਾਹੀਦੀ ਕੋਈ ਜੀ ਨਹੀਂ ਬਚਣਾ ਚਾਹੀਦਾ ਕਿਸੇ ਧੀ ਭੈਣ ਐਵੇਂ ਨਾ ਹੋਵੇ ਜਿਹੜੇ ਅੱਜ ਕੱਲ੍ਹ ਰਿਵਾਜ ਚੱਲ ਪਏ ਨਾ ਧੀਆਂ ਭੈਣਾਂ ਨੂੰ ਕੱਢ ਕੇ ਲਿਜਾਉਂਦੇ ਨੇ ਮਾਂ ਪਿਓ ਦੀ ਗਵਾਹੀ ਨਹੀਂ ਲੈਂਦੇ ਇਹ ਸਭ ਕੁਛ ਹੁਣ ਬੰਦ ਹੋਣਾ ਚਾਹੀਦਾ ਜਿਹਦੇ ਧੀ ਜਾਵੇ ਉਹਦਾ ਮਾਂ ਪਿਓ ਦੀ ਗਵਾਹੀ ਹੋਵੇ ਤਾਂ ਉਹਨੂੰ ਜਿਹਦੇ ਧੀ ਵਾਪਸ ਮੋੜਨੀ ਚਾਹੀਦੀ ਸਰਕਾਰ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਸਾਡੇ ਨਾਲ ਬੜਾ ਧੱਕਾ ਹੋ ਗਿਆ ਪਰ ਮੇਰੀ ਤਾਂ ਇੱਕੋ ਬੇਨਤੀ ਸਾਨੂੰ ਬਦਲਾ ਚਾਹੀਦਾ ਇਹਨਾਂ ਸਾਰੇ ਜੀਆਂ ਨੂੰ ਨਾ ਖਤਮ ਕਰਨਾ ਚਾਹੀਦਾ ਖਾਸ ਕਰਕੇ ਮੁੰਡੇ ਨੂੰ ਤਾਂ ਨਾਲੇ ਫਾਂਸੀ ਚੜਾਓ ਬਸ ਅਸੀਂ ਧੀ ਦੀ ਲਾਸ਼ ਨਹੀਂ ਸਾੜਨੀ ਉਹਨਾਂ ਚਿੱਕਰ ਜਿੰਨਾ ਚਿੱਕਰ ਕਤਲ ਹੋਇਆ ਜੀ ਤੁਹਾਨੂੰ ਮੁਤਾਬਕ ਇਹ ਗੱਲ ਆਈ ਹੈ ਵੀ ਇਹਨਾਂ ਨੇ ਇਹਨਾਂ ਦਾ ਕੁੜੀ ਦੀ ਕੋਰਟ ਮੈਰਿਜ ਹੋਈ ਸੀ ਪਹਿਲੇ ਕੋਈ ਕਰੀਬ ਕੋਈ 2 ਸਾਲ ਪਹਿਲੇ ਅਤੇ ਇਹਨਾਂ ਦਾ ਪਹਿਲੇ ਆਪਸ ਵਿੱਚ ਘਰ ਵਿੱਚ ਝਗੜਾ ਚੱਲਦਾ ਸੀ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਇਹ ਪਤਾ ਲੱਗਿਆ ਸਾਨੂੰ ਅਤੇ ਇਸ ਕਰਕੇ ਇਹਨਾਂ ਦਾ ਵੀ ਉਹ ਝਗੜਾ ਜਿਹੜਾ ਵੱਧਦਾ ਵੱਧਦਾ ਇੱਥੋਂ ਤੱਕ ਪਹੁੰਚ ਗਿਆ ਵੀ ਜਿਹੜੀ ਕਤਲ ਦਾ ਰੂਪ ਸਮਝ ਲਓ ਧਾਰ ਗਿਆ ਜੀ ਅਤੇ ਉਹਨਾਂ ਨੇ ਲਾਸ਼ ਨੂੰ ਜਿਹੜਾ ਉੱਥੇ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਇਹ ਥਾਣੇ ਕੋਲ ਉੱਥੇ ਛੱਡ ਕੇ ਮੁੰਡਾ ਪਤਾ ਨਹੀਂ ਕਿੱਧਰ ਚਲਾ ਗਿਆ ਹਾਂਜੀ ਇਹ ਨਹੀਂ ਪਤਾ ਜੀ ਫਿਰ ਫਰਾਰ ਹੋਇਆ ਕਿ ਪੁਲਿਸ ਵੱਲੋਂ ਕਾਰਵਾਈ ਇਹਦੇ ਵਿੱਚ ਸਖ਼ਤ ਕਰਨੀ ਚਾਹੀਦੀ ਹੈ ਜੀ ਕਿਉਂਕਿ ਪੂਰੀ ਕਾਰਵਾਈ ਅਜੇ ਲੱਗਦਾ ਨਹੀਂ ਵੀ ਹੋ ਰਹੀ ਹੈ ਗਰੀਬ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਮਾਮਲਾ ਹੈ ਜੀ ਇਹ ਬੱਚਿਆਂ ਨੇ ਦੋ ਸਾਲ ਪਹਿਲਾਂ ਇਹਨਾਂ ਨੇ ਲਵ ਮੈਰਿਜ ਕਰਾਈ ਸੀ ਕੁੜੀ ਹੈਗੀ ਹੈ ਜੀ ਸਾਈ ਪਰਿਵਾਰ ਦੀ ਮਨਵੀ ਸਿੱਖ ਸਾਈ ਉਹ ਲੜਕਾ ਹੈਗਾ ਜੀ ਰਾਜ ਸਿੰਘ ਬਿਆਦਰੀ ਦਾ ਇਹਨਾਂ ਨੇ ਚਲੋ ਕੋਰਟ ਮੈਰਿਜ ਕਰਾ ਲਈ ਉਸ ਤੋਂ ਬਾਅਦ ਚਲੋ ਬੱਚਿਆਂ ਦੀ ਆਪਦੀ ਮਰਜ਼ੀ ਸੀ ਹੁਣ ਇਹ ਜਾਤਾਂ ਪਾਤਾਂ ਦੇ ਮਾਮਲੇ ਵਿੱਚ ਲਿਆਉਣ ਲੱਗ ਪਏ ਜੀ ਇਹ ਕੁੜੀ ਮਜ਼ਬੀਆਂ ਦੀ ਇਹ ਸਾਈਆਂ ਦੀ ਅਸੀਂ ਰਾਜ ਸਿੱਖ ਹੈਗੇ ਹਾਂ ਇਸ ਤਰ੍ਹਾਂ ਕੁੜੀ ਦੇ ਨਾਲ ਕੁੱਟਮਾਰ ਕਰਦੇ ਸੀ ਤੇ ਕੁੜੀ ਦੀ ਮਾਂ ਨੇ ਸਾਨੂੰ ਵੀ ਆ ਕੇ ਦੱਸਿਆ ਮੈਂ ਕਿਹਾ ਚਲੋ ਕੱਲ੍ਹ ਨੂੰ ਅਸੀਂ ਜਾਵਾਂਗੇ ਜਾ ਕੇ ਥਾਣੇ ਦੇ ਵਿੱਚ ਕੰਪਲੇਂਟ ਕਰਾਂਗੇ ਲੇਕਿਨ ਇਹਨਾਂ ਨੇ ਰਾਤੋਂ ਰਾਤ ਹੀ ਮਾਰ ਕੇ ਕੁੜੀ ਨੂੰ ਤੋਂ ਦੀ ਲਾਸ਼ ਜਿਹੜੀ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਉਹਨੂੰ ਰਾਤੋਂ ਰਾਤ ਆਪਾਂ ਖੁਰਦ ਬੁਰਦ ਕਰ ਦਈਏ ਵੀ ਕਹਿੰਦਾ ਮੌਤ ਕਿਵੇਂ ਹੋਈ ਹੈ ਅੰਦਾਜ਼ਾ ਕੋਈ ਮੌਤ ਜੀ ਲਗਭਗ 12-1 ਵਜੇ ਦੀ ਗੱਲ ਸਾਡੇ ਕੋਲ ਇਹ 3 ਵਜੇ ਆਏ ਨੇ ਰਾਤ ਚਰਚ ਵਿੱਚ
इन्हों का माँ प्यो साढ़े चर्च में आता, मैं पास्टर हाँ मौजूदा चर्च का। इन्हें आके सूँ दसिया, मैं क्या चलो कोई दिन चढ़ेगा ना, पत्रकार आप गलबात करते हैं, अफसर गलबात करते हैं। ये बहुत ही जुल्म किया गया इस परिवार के नाल, कली कली कुड़ी सी परिवार की, तो गरीब परिवार करके इन्होंने फायदा उठाया भी ये कुड़ी की लाश जी खुरदपुर आप कर देने, उमें सी सी कैमर फोटो आदि लैके कभी कितने तुरे फिरते हैं कभी कितने। जो इन्होंने रात वेख्या भी नाका पुलिस का लगा है, फिर ये लाश जी थाने के बूहे अगे रख गए ने, तो आके मुंडा पेश हो गया भी जे मान लो खुदकुशी की फिर तेन पेश होने की लड़ है। आज पेश हो गया, इन कला मुंडा नहीं गा, माँ है, भरा है, होर बहुत सारे लोगों का काम है, बहुत सारे लोगों ने जिन्ह ने जुल्म करके तो लाश खुरद बुरद करने की कोशिश की। अभी प्रशासन को इंसाफ चाहते कि परिवार को इंसाफ दिता जाए। तो लड़की न देखो जी कुटमार करते, मेरी कुड़ी सी वो मतलब इन्हें लग पहला कोई तकरीबन दो साल पहला इन्होंने कोर्ट मैरिज करवाई है जी, और उस तो बाद पिंड तो बाहर रह रहे थे अनछती जगह पर, तकरीबन कोई डेढ़ पौने दो साल बाहर रहे हैं, ये हूँ कोई दो तीन महीने तो पिंड आए थे, और इन्हों की आपस के काफ़ी लड़ाई रही थी, मतलब इन्हों का ननान लड़ती सी, इनकी सस भी लड़ती सी, और एक जेठ है घर वह भी लड़ता सी, दूसरी कास्ट होने के करके मतलब ये कुड़ी नूं काम कर ते ज़्यादा लाई रखते थे, मतलब झोना लवाया इन्होंने, भांडे मंजवाए, कपड़े धोए, रोटी पानी वास्ते उन्होंने मतलब नहीं लगन देंदे सी, नाल भी खाना खुद बनाते, बाकी सारा काम उनके कोलों करवाते, और डेली लड़ाई होंदी सी कास्ट नूं लैके, जात बिरादरी नूं लैके, और ये पिंड दे विच काफ़ी इन्होंने लोगों तो पता चलता कि इन्हें मारकुट की। मैं बाहर हूं जी, मैं पिंड च नहीं रहिंदा, लेकिन मैं पिछले हूँ कोई दो तीन दिन तो पिंड छुट्टी वास्ते मिलन वास्ते पिंड आया सी, सो सानू पता लगा पिंड दे गुआंढ तो भी ये कुड़ी नू इन्होंने कुटिया, और कुड़ी भज के दूजे किसे होर गुआंढियां घरे चली गई अपनी जान बचाने दे वास्ते, साडे घर तो नहीं आई। लेकिन जो सानू पता चलिया इस काम का, तो असी सोचा भी पिंड का मोहतबर बंदा या सरपंच या कोई उन्हों का लंबरदार नाल लैके जो उन्होंने घर भेजिया जाए, पूछा जाए कि बई कुड़ी तुसी क्यों मार रहे हो, हाँ जी। लेकिन उन्होंने सरपंच या अपना लंबरदार पिंड में नहीं है, असी उन्होंने वेट की भी कल सरपंच साहब आ जाएंगे तो फिर असी गल करांगे, लेकिन इन्हें रातों रात साडी कुड़ी नूं लड़ाई झगड़ा करके अंदर ताड़ के सारे टब्बर ने कुड़ी नूं मारता। बिल्कुल जी, ये रात नूं कोई तकरीबन मारन तो बाद जी सीसीटीवी साडे गुआंढ च लग्या है जी, उस रिकॉर्डिंग भी है, ये रात कोई तकरीबन 12 बजे इन्होंने अपने कुड़ी की लाश नूं बाहर कढ़िया जी, और उन्हों किसी मतलब जगह पर खुरद बुरद कर जा रहे थे उसकी लाश नूं, जिस तरह के कोई नहर के सट्टन की कोशिश कर कोशिश की इन्होंने, लेकिन रस्ते दे विच नाका लगे होने करके ये नहर विच सट नहीं सके, सो इन्होंने पुलिस स्टेशन सामने आके डेड बॉडी नूं सट्टता रेहड़ी उत्ते आके, और आप सारे भज गए, और उनके कोल एक छोटा बच्चा भी सी। देखो जी डेड बॉडी के निशान तकरीबन मेरे हिसाब नाल कोई एक गले उत्ते निशान है जी, और नक चो और कन्ना चो खून खून वग रहा जी। जी जी बिल्कुल मारिया गया जी, बिल्कुल मारिया गया जी, सानू पता है कि मारिया गया, क्योंकि साढ़े सामने जो ये लोग दसते कि काफ़ी टॉर्चर करते, कंध न कंध पता चलता ही रहता, लेकिन साडा बोलचाल ना होने करके असं इन्हों को डायरैक्ट नहीं जा सके। देखो पुलिस वालों साड़ी असी गरीब आदमी साड़ी कोई मतलब ज़्यादा सुनवाई हो नहीं रही जी, असी काफ़ी दिनों तो 3 दिन हो गए सानू जी रोज़ धक्के खाद, मतलब असी कोई ज़्यादा समझदार बंदे है नहीं, लेकिन गल ज़्यादा सुन नहीं रही, और वो अपने हिसाब नाल ही सानू समझा रही इस तरह नहीं इस तरह करो, पहला भी सानू इन्होंने जी असी जी देखो असी मंग ही कर रहे कि सानू इंसाफ मिलना चाहिए, साड़ी तो गुजारिश है प्रशासन के सामने कि सानू इंसाफ मिले जाए, इन्हों सारे जीवन के टब्बरों को जिन्नी सानू इन्होंने दुख पहुंचाया इस तो वध दुख इन्हें चाहिए, कानूनी कार्रवाई फुल होनी चाहिए इन्होंने। पंजाबी लई फिरोजपुर तो सुखचैन सिंह।